नमस्कार दोस्तों, आप देख रहे हैं सटी हलचल। मैं हूं आपके साथ अशोक चोपड़ा। काफ़ी दिनों की राहत के उपरांत खूंखार जंगली जानवर तेंदुए ने नंगल के घनी आबादी वाले क्षेत्र में फिर से अपनी दस्तक दे दी है और इस बार यह खूंखार पहुंचा है नंगल के वार्ड नंबर 1 के तहत पड़ते गांव तलवाड़ा में, जहाँ लोगों ने इसकी तस्वीरें भी अपने अपने मोबाइलों में कैद कर ली हैं। तेंदुआ देखे जाने के उपरांत क्षेत्रवासियों में भय का माहौल बना हुआ है, जबकि जंगली जीव सुरक्षा विभाग की टीम ने लोगों में फैले दहशत के माहौल को कम करने और खूंखार को पकड़ने के लिए पिंजरा लगा दिया है। राजेंद्र शर्मा नामक व्यक्ति की माने तो उसके घर के आगे एक कुतिया ने बच्चे दिए हुए थे और उन बच्चों के लिए दूध देने जब उसके परिवार के लोग घर के गेट के बाहर निकलने लगे तो गेट के बाहर तेंदुआ खड़ा देख सभी के पैरों से नीचे से जमीन ही खिसक गई और उनके बेटे ने ही मोबाइल पर उक्त खूंखार की वीडियो बनाई है। क्या कहा राजेंद्र शर्मा ने पहले जे सुने। नाम बोलो। राजेंद्र कुमार जी। राजेंद्र दसो की होया, किदा देखिया तुसीं? राती 12 बजे की गल है जनाब। 12 बजे रात नू बहू रोटी पाण लगी बच्चियां नू, कुत्तियां नू। कुत्ते रहिंदे जी कार दे थल्ले, उहदा करके ਰਾਤ ਬਾਘ ਆਇਆ ਸੀਗਾ ਜੀ ਇਹਨਾਂ ਨੂੰ ਕੁੱਤਿਆਂ ਨੂੰ ਖਾਣ ਨੂੰ। ਬਾਕੀ ਨੁਕਸਾਨੀ ਜੰਗਲੀ ਭਾਈ ਹੈਗਾ, ਬਾਹਰੋਂ ਆਇਆ ਪਤਾ ਲੱਗਦਾ ਨਹੀਂ ਹੈਗਾ। ਰਾਤ ਨੂੰ ਰੋਡ ਚੱਲਦਾ ਬਹੁਤ ਇਹ, ਪਰ ਰਾਤ ਦੇ 12 ਵਜੇ ਤੱਕ ਥੋੜ੍ਹਾ ਜਿਹਾ ਸਟੋਪ ਰਿਹਾ। ਸਾਰੇ ਆਂਢ ਗੁਆਂਢ ਨੂੰ ਕੀਤਾ ਜੀ, ਤਾਂ ਫਿਰ ਉਹ ਆਏ, ਆ ਕੇ ਦੇਖਿਆ, ਫਿਰ ਚੱਲ ਗਿਆ ਇੱਧਰੋਂ ਅਗਲ ਜੰਗਲ ਨੂੰ ਜੀ। ਹਾਂ, ਵੀਡੀਓ ਮੇਰੇ ਬੇਟੇ ਨੇ ਬਣਾਈ ਜੀ, ਬੜੇ ਨੇ, ਤਾਂ ਬੇਟਾ ਇਸ ਟਾਈਮ ਜਿਹੜਾ ਕੰਪਨੀ ਗਿਆ ਹੋਇਆ। ਮਤਲਬ ਤੁਸੀਂ ਬਹੁਤ ਕਰੀਬ ਤੋਂ ਦੇਖਿਆ? ਹਾਂਜੀ ਬਿਲਕੁਲ ਜੀ, ਬਿਲਕੁਲ। ਕਾਫੀ ਵੱਡਾ ਸੀ? ਕਾਫੀ ਵੱਡਾ, ਬੈਟ ਕਲਰ ਦਾ, ਚਿੱਟੇ ਰੰਗ ਦਾ ਸਰ। ਹਾਂਜੀ। ਡਰ ਲੱਗਦਾ? ਡਰ ਤਾਂ ਵੀ ਯਾਰ ਲੱਗਦਾ ਹੀ ਹੈ ਜੀ, ਬੱਚਿਆਂ ਵਾਲੇ ਹੈ ਤਾਂ ਉਹਨੂੰ ਤਾਂ ਨੱਤ ਪਾਉਣੇ ਹੀ ਪੈਣੇ, ਕਿਆ ਪਤਾ ਕੱਲੂ ਕੋਈ ਜਾਨੀ ਨੁਕਸਾਨ ਹੋ ਕਰੇ। ਠੀਕ ਹੈ ਜੀ। ਡਿਮਾਂਡ ਇਹੀ ਹੈ ਜੀ, ਇਹਨਾਂ ਹੁਣ ਪਿੰਜਰਾ ਲਾਉਣ ਲੱਗੇ ਹੈ ਜੰਗਲਾਤ ਵਾਲੇ, ਦੇਖੋ ਕੀ ਹੁੰਦਾ। ਉਧਰ ਵਾਰਡ ਨੰਬਰ 1 ਕੀ ਮਹਿਲਾ ਪਾਰਸ਼ਦ ਸਰੋਜ ਕੇ ਪਤੀ ਲਖਵੀਰ ਸਿੰਘ ਲੱਕੀ ਨੇ ਕਿਹਾ ਕਿ ਰਜਿੰਦਰ ਸ਼ਰਮਾ ਕਾ ਫੋਨ ਉਨ੍ਹੇ ਆਇਆ ਥਾ ਔਰ ਆਨੰਦ ਫਾਨੰਦ ਮੇਂ ਇਸਕੀ ਜਾਣਕਾਰੀ ਜੰਗਲੀ ਜੀਵ ਸੁਰੱਖਿਆ ਵਿਭਾਗ ਕੇ ਅਧਿਕਾਰੀਓਂ ਕੋ ਦੀ ਗਈ ਔਰ ਅਬ ਇਸ ਖੂੰਖਾਰ ਕੋ ਪਕੜਨੇ ਕੇ ਲੀਏ ਪਿੰਜਰਾ ਲਗਾ ਦਿਆ ਗਿਆ ਹੈ। ਕਿਆ ਕਹਾ ਲਖਵੀਰ ਸਿੰਘ ਲੱਕੀ ਨੇ, ਜੇ ਵੀ ਸੁਨੇ। ਚੋਪੜਾ ਜੀ, ਕੱਲ੍ਹ ਸਾਨੂੰ ਰਾਤੀ ਰਜਿੰਦਰਪੁਰ ਆਈ ਦਾ ਸਾਨੂੰ ਫੋਨ ਆਇਆ ਸੀ ਇਹਨਾਂ ਦਾ, ਅਤੇ ਇੱਥੇ ਜਿਹੜਾ ਲੈਪਿਡ ਆ ਉਹ ਬਿਲਕੁਲ ਘਰ ਦੇ ਨਾਲ ਜਿਹੜਾ ਰਿਹਾਇਸ਼ੀ ਏਰੀਆ ਸਾਡੇ ਵਾਰਡ ਨੰਬਰ 1 ਦਾ, ਇੱਥੇ ਉਹ ਦੇਖਿਆ ਗਿਆ ਅਤੇ ਉਹਦੇ 'ਚ ਅਸੀਂ ਵੀਡੀਓ ਦੇ ਵਿੱਚ ਵੀ ਉਹਨੂੰ ਪੂਰਾ ਕੈਦ ਕੀਤਾ ਉਹਦੇ 'ਚ, ਅਤੇ ਬੜਾ ਖੂੰਖਾਰ ਲੱਗ ਰਿਹਾ ਸੀ ਦੇਖਣ ਨੂੰ, ਕਾਫੀ ਵੱਡੇ ਆਕਾਰ ਦਾ ਵੀ ਸੀ। ਅਤੇ ਅਸੀਂ ਸਵੇਰੇ ਜਿਹੜਾ ਵਨ ਵਿਭਾਗ ਦੀ ਟੀਮ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਉਹਨਾਂ ਨੇ ਵੀ ਬੜੀ ਛੇਤੀ ਇਹਦੇ ਉੱਪਰ ਐਕਸ਼ਨ ਲੈਂਦੇ ਹੋਏ ਜਿਹੜਾ ਅੰਮ੍ਰਿਤਪਾਲ ਜੀ ਦੀ ਟੀਮ ਬਣਾ ਕੇ ਅਤੇ ਜਲਦੀ ਉਹਨਾਂ ਨੇ ਮਤਲਬ ਪਿੰਜਰਾ, ਅਤੇ ਹੁਣ ਜਿਹੜਾ ਪਿੰਜਰਾ ਇੱਥੇ ਲੱਗ ਚੁੱਕਾ ਅਤੇ ਅਸੀਂ ਇੱਥੇ ਜਿਹੜੇ ਲੋਕਲ ਲੋਕ ਹੈਗੇ ਜਿਹੜੇ ਸਾਡੇ ਵਾਰਡ ਨਿਵਾਸੀ ਹੈ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਰੋਡ ਦੇ ਉੱਤੇ ਮਤਲਬ ਰਾਤ ਦੇ ਟਾਈਮ ਜਿਹੜਾ ਹੈ ਆਪਣੇ ਬੱਚਿਆਂ ਨੂੰ ਜਾਂ ਮਵੇਸ਼ੀ ਜਿੰਨੇ ਵੀ ਉਹਨਾਂ ਦੇ ਹੈਗੇ ਮਾਲ ਡੰਗਰ ਉਹਨਾਂ ਨੂੰ ਨਾ ਘੁਮਾਉਣ, ਤਾਂ ਕਿ ਇਹ ਜਿਹੜਾ ਏਰੀਆ ਹੈ ਮਤਲਬ ਜੰਗਲ ਦੇ ਨਾਲ ਲੱਗ ਜਾਂਦਾ ਇੱਕ ਤਰ੍ਹਾਂ। ਅਤੇ ਇਸ ਘਰ ਦੇ ਵਿੱਚ ਵੀ ਜਿਹੜਾ ਨੇੜੇ ਦੇਖਿਆ ਗਿਆ, ਇਹਨਾਂ ਨੂੰ ਵੀ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਜਿਹੜਾ ਧਿਆਨ ਦੇ ਨਾਲ ਰੱਖਣ। ਉਧਰ ਮੌਕੇ ਪਰ ਪਹੁੰਚੇ ਵਿਭਾਗ ਕੇ ਗਾਰਡ ਅੰਮ੍ਰਿਤ ਲਾਲ ਸ਼ਰਮਾ ਨੇ ਕਿਹਾ ਕਿ ਖੂੰਖਾਰ ਜੰਗਲੀ ਜਾਨਵਰ ਤੇਂਦੂਓ ਕੋ ਪਕੜਨੇ ਕੇ ਲੀਏ ਪਿੰਜਰਾ ਲਗਾ ਦਿਆ ਹੈ ਔਰ ਰਾਤ ਕੇ ਸਮੇਂ ਇਸ ਪਿੰਜਰੇ ਮੇਂ ਸ਼ਿਕਾਰ ਕੇ ਤੌਰ ਪਰ ਕੁੱਤੇ ਕੋ ਰੱਖਾ ਜਾਏਗਾ ਤਾਂ ਕਿ ਸ਼ਿਕਾਰ ਕਰਨੇ ਕੇ ਲਾਲਚ ਮੇਂ ਉਕਤ ਤੇਂਦੂਆ ਪਿੰਜਰੇ ਮੇਂ ਫਸ ਸਕੇ। ਉਨ੍ਹੋਂਨੇ ਲੋਗੋ ਸੇ ਰਾਤ ਕੇ ਸਮੇਂ ਆਪਣੇ ਘਰੋਂ ਸੇ ਨਾ ਨਿਕਲਨੇ ਕੀ ਅਪੀਲ ਕਰਤੇ ਹੋਏ ਕਿਆ ਕਹਾ ਆਪ ਖੁਦ ਹੀ ਸੁਨੇ। ਦੱਸੋ, ਇੱਥੇ ਖੂੰਖਾਰ ਕਹਿੰਦੇ ਤੇਂਦੂਆ ਦੇਖਿਆ ਗਿਆ, ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ,
ਮਹਿਕਮਾ ਕੀ ਕਰ ਰਿਹਾ? ਸਰ ਸਾਨੂੰ ਸਾਡੇ ਡੀ ਐੱਫ ਓ ਸਾਹਿਬ ਕੁਲਰਾਜ ਸਿੰਘ ਸਰ ਅਤੇ ਸਾਡੇ ਰੇਂਜ ਅਫੀਸਰ ਸਰ ਅਤੇ ਬਲਾਕ ਅਫਸਰ ਦਾ ਮੈਨੂੰ ਫੋਨ ਆਇਆ ਸੀਗਾ ਜੀ ਵੀ ਉੱਥੇ ਕੋਈ ਮਤਲਬ ਤੇਂਦੂਆ ਦੀ ਦਹਿਸ਼ਤ ਹੈ ਜੀ ਅਤੇ ਲੋਕਾਂ ਵੱਲੋਂ ਕੰਪਲੇਂਟ ਗਈ ਹੋਣੀ। ਸਰ ਅਸੀਂ ਮੌਕੇ 'ਤੇ ਆ ਕੇ ਦੌਰਾ ਵੀ ਕੀਤਾ ਜੀ ਅਤੇ ਉਹ ਜਿਹੜੀ ਵੀਡੀਓ ਉਹ ਵੀ ਦੇਖੀ ਹੋਈ, ਤੇਂਦੂਆ ਤਾਂ ਹੈ ਸਰ ਅਤੇ ਅਸੀਂ ਹੁਣ ਇੱਥੇ ਪਿੰਜਲਾ ਲਗਾ ਲਈਏ ਸਰ। ਹਾਂਜੀ ਸਰ, ਕਿੱਦਾਂ ਨਿਗਰਾਨੀ ਕੀਤੀ ਜਾਊਗੀ? ਨਿਗਰਾਨੀ ਸਰ ਸਾਡੀ ਰਾਤ ਨੂੰ ਗਸ਼ਤ ਵੀ ਹੋਊਗੀ ਹੈ ਜੀ ਅਤੇ ਲੋਕਾਂ ਨੂੰ ਵੀ ਸਾਡੀ ਅਪੀਲ ਹੈ ਵੀ ਰਾਤ ਨੂੰ ਜਿਹੜਾ ਵੀ ਹੈ ਘਰ ਤੋਂ ਬਾਹਰ ਨਿਕਲਦੇ ਆ ਥੋੜ੍ਹਾ ਟੋਰਚ ਵਗੈਰੇ ਡੰਡਾ ਡੁੰਡਾ ਹੱਥ 'ਚ ਲੈ ਕੇ ਹੈ। ਬਾਕੀ ਸਰ ਜਾਨਵਰ ਹੈ ਇਹ, ਕਿਤੇ ਮਤਲਬ ਫੂਡ ਦੀ ਤਲਾਸ਼ ਵਿੱਚ ਨਿਕਲ ਜਾਂਦਾ, ਨਾਲ ਜੰਗਲ ਲੱਗਦੇ ਸ਼ਿਵਾਲਿਕ ਰੇਂਜ ਸਰ ਅਤੇ ਲੋਕਾਂ ਨੂੰ ਇਹੀ ਅਪੀਲ ਹੈ ਵੀ ਥੋੜ੍ਹਾ ਆਪਣਾ ਬਚਾਅ ਰੱਖ ਕੇ ਰਾਤ ਨੂੰ ਨਿਕਲਦੇ ਆ। ਬਾਕੀ ਸਰ ਉੱਦਾਂ ਕੁਛ ਨਹੀਂ ਮਤਲਬ ਉਹ ਕਰਦਾ, ਆਪਣੀ ਫੂਡ ਦੀ ਤਲਾਸ਼ ਵਿੱਚ ਨਿਕਲਦਾ ਇਹ। ਅਤੇ ਸਰ ਇਹ ਆਮ ਜਨਤਾ ਨੂੰ ਪੈ ਸਕਦਾ? ਨਹੀਂ ਨਹੀਂ ਸਰ, ਇੱਦਾਂ ਨਹੀਂ ਹੈ ਜੀ, ਇਹ ਤਾਂ ਆਪਣੇ ਸ਼ਿਕਾਰ ਲਈ, ਜੇ ਤਾਂ ਕੋਈ ਛੋਟਾ ਮਵੇਸ਼ੀ ਇਹਨੇ ਮਤਲਬ ਕੁੱਤਾ ਬਿੱਲਾ ਜਾਂ ਕੋਈ ਚੁੱਕ ਕੇ ਲੈ ਜਾਂਦਾ ਸਰ। ਹੁਣ ਤਾਂ ਕਦੇ ਅਟੈਕ ਨਹੀਂ ਸਰ ਕੀਤਾ ਇਹਨੇ। ਸਰ ਹੁਣ ਫਿਰ ਗਸ਼ਤ ਵੀ ਨਾਲ ਜਾਰੀ ਰਹੂਗੀ? ਹਾਂ, ਰਾਤ ਨੂੰ ਗਸ਼ਤ ਹੋਊਗੀ ਸਾਡੀ ਸਰ। ਹਾਂਜੀ ਹਾਂਜੀ, ਉਹ ਜਿੱਦਾਂ ਕਿਤੇ ਨਾਈਟ ਵਿਜ਼ਨ ਕੈਮਰੇ ਲਾ ਦਿੰਦੇ ਉਹਦੀ ਵੀ ਸੰਭਾਵਨਾ ਜਾਂ? ਨਹੀਂ ਉਹ ਜ਼ਰੂਰਤ ਪਈ, ਉਹ ਵੀ ਸਰ ਜੋ ਸਾਨੂੰ ਉੱਪਰੋਂ ਹਦਾਇਤਾਂ ਹੋਣਗੀਆਂ ਉਹ ਵੀ ਲਗਾ ਦਿੰਦੇ ਸਰ। ਸਿਟੀ ਹਲਚਲ ਕੇ ਲੀਏ ਨੰਗਲ ਸੇ ਕਰਨ ਚੋਪੜਾ ਕੀ ਰਿਪੋਰਟ।